ਹੁਣ ਖਬਰ ਅਬੋਹਰ ਤੋਂ ਜਿੱਥੇ ਨਹਿਰ ਦਾ ਬੰਨ ਟੁੱਟਣ ਨਾਲ ਖੇਤਾਂ 'ਚ ਖੜੀ ਸੈਂਕੜੇ ਏਕੜ ਫਸਲ ਪਾਣੀ 'ਚ ਡੁੱਬ ਕੇ ਬਰਬਾਦ ਹੋ ਗਈ। ਕਿਸਾਨ 5 ਦਿਨਾਂ ਤੋਂ ਪ੍ਰਸ਼ਾਸਨ ਅੱਗੇ ਤਰਲੇ ਮਿਹਨਤਾਂ ਕਰ ਰਹੇ ਨੇ, ਪਰ ਪ੍ਰਸ਼ਾਸਨ ਪਤਾ ਨਹੀਂ ਕਿਹੜੀ ਨੀਂਦ ਸੁੱਤਾ ਪਿਆ। ਜਲ ਤਲ ਹੋਏ ਖੇਤਾਂ ਦੀਆਂ ਇਹ ਤਸਵੀਰਾਂ ਅਬੋਹਰ ਦੇ ਪਿੰਡ ਰਾਏਪੁਰਾ ਦੀਆਂ ਨੇ, ਜਿੱਥੇ ਨਹਿਰ ਦਾ ਬੰਨ ਟੁੱਟਣ ਨਾਲ ਕਿਸਾਨਾਂ ਦੀ ਬਰਬਾਦੀ ਦਾ ਮੰਜ਼ਰ ਬਣ ਗਿਆ। ਦੂਰ ਦੂਰ ਤੱਕ ਨਜ਼ਰ ਆ ਰਿਹਾ ਪਾਣੀ ਕਈ ਏਕੜ ਫਸਲ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ। ਦਰਅਸਲ ਅੱਜ ਤੋਂ 4 ਦਿਨ ਪਹਿਲਾਂ ਅਚਾਨਕ ਇਸ ਪਿੰਡ ਚੋਂ ਗੁਜ਼ਰਨ ਵਾਲੀ ਨਹਿਰ ਦਾ ਬੰਨ ਟੁੱਟ ਗਿਆ, ਜਿਸ ਦੇ ਕੁਝ ਹੀ ਘੰਟਿਆਂ ਬਾਅਦ ਪਾਣੀ ਆਸ-ਪਾਸ ਦੇ ਪਿੰਡਾਂ 'ਚ ਵੀ ਫੈਲ ਗਿਆ। ਸ਼ਾਸਨ ਤੱਕ ਪਹੁੰਚ ਵੀ ਕੀਤੀ ਗਈ, ਪਰ ਕੋਈ ਹੱਲ ਨਾ ਨਿਕਲਦਾ ਵੇਖ ਲੋਕਾਂ ਨੇ ਆਪਣਾ ਘਰ ਬਾਰ ਛੱਡ ਕੇ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਹੈ। 11/2016 ਨੂੰ ਟੁੱਟੀ ਸੀ, ਸਾਨੂੰ ਕਿਹਾ ਗਿਆ ਸੀ ਬਈ ਮੁਆਵਜ਼ਾ ਮਿਲੂਗਾ, ਅਜੇ ਤੱਕ ਕੋਈ ਮੁਆਵਜ਼ਾ ਨਹੀਂ ਆਇਆ। ਉਦੋਂ ਕਿਹੜੀ ਥਾਂ ਤੋਂ ਟੁੱਟੀ ਸੀ? ਉੱਥੋਂ ਹੀ ਜਿੱਥੋਂ ਪਹਿਲਾਂ ਟੁੱਟੀ, ਹੁਣ ਟੁੱਟੀ ਹੈ। ਉੱਥੇ 2 ਕਿੱਲੇ ਮਗਰ ਜੀ। ਉਦੋਂ ਕਿੰਨਾ ਨੁਕਸਾਨ ਹੋਇਆ ਸੀ? ਇੰਨਾ ਹੀ ਨੁਕਸਾਨ ਹੋਇਆ ਸੀ। ਹੁਣ ਇਹ ਟਾਣੀਆਂ ਮਗਰ ਡੁੱਬੀਆਂ ਹੋਈਆਂ ਜੀ, ਅਤੇ ਇਹ ਟੁੱਟੀ ਕਿਸ ਵਜ੍ਹਾ, ਮਤਲਬ ਇਹ ਨਹਿਰ ਨੂੰ ਮਸ਼ੀਨ ਨਾਲ ਸਫਾਈ ਕੀਤੀ, ਉਸੇ ਨਾਲ ਟੁੱਟੀ ਹੈ ਜੀ। ਦੇਖ ਲਓ ਜੀ, ਮੈਂ ਤਾਂ ਬੜਾ ਦੁਖੀ ਹੋ ਰਿਹਾ ਜੀ। ਲਾਰ ਲਗੜੇ ਤਾਂ ਨਿਕਲਣਾ ਸ਼ਹਿਰ ਵੀ ਮਕਾਨ ਪੜੀ ਹੈ ਜੀ, ਕੁਛ ਕੁ ਨਿਗਾਮ ਛੋੜ ਜਾਣ ਲਾ ਰਹੇ ਬਾਹਰ ਦੀ, ਬੁਰਾ ਹਾਲ ਹੋ ਰਿਹਾ ਜੀ। ਸੁਣਾਈ ਮਾਰੀ ਕੋਈ ਕਰਨ ਕੋਲ ਲਾ ਰਹੇ ਜੀ? ਮਕਾਨ ਵੀ ਸਾਰਾ ਪੜੀ ਆ, ਮਕਾਨ ਸਾਰਾ ਪੜੀ ਆ ਜੀ, ਵੀ ਸਾਰਾ ਉੱਪਰ ਬੈਠਾ। ਅਬੋਹਰ 'ਚ ਨਹਿਰ ਟੁੱਟਣ ਦਾ ਸਿਲਸਿਲਾ ਪਹਿਲੀ ਵਾਰ ਨਹੀਂ ਹੋਇਆ, ਬਲਕਿ ਪਿਛਲੇ 4-5 ਸਾਲਾਂ ਤੋਂ ਲਗਾਤਾਰ ਜਾਰੀ ਹੈ, ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਖਾਮਿਆਜ਼ਾ ਬੇਕਸੂਰ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਲਗਾਤਾਰ 5-6 ਸਾਲਾਂ ਤੋਂ ਇਹ ਕੰਮ ਚੱਲ ਰਿਹਾ, 6 ਵਾਰ ਨਹਿਰ ਟੁੱਟ ਗਈ। ਰਾਮਸਰਾ ਮਾਇਨੇ ਟੁੱਟੇ, ਭਾਵੇਂ ਮੁੰਦਕਰ ਮਾਇਨੇ ਟੁੱਟੇ, ਉਹ ਸਾਰਾ ਜਿਹੜਾ ਨੁਕਸਾਨ ਹੈ ਰਾਏਪੁਰਾ ਪਿੰਡ ਚੱਲ ਰਿਹਾ। ਇੱਥੇ ਫਸਲ ਦਾ ਅੱਜ ਵੀ ਇੰਨਾ ਨੁਕਸਾਨ ਹੋਇਆ, ਇਹ ਜਿਹੜੀ ਨੁਕਸਾਨ 6 ਮਹੀਨੇ ਤੱਕ ਭਰਪਾਈ ਨਹੀਂ ਹੋ ਸਕਦੀ। ਅੱਜ ਤੋਂ 1.5 ਸਾਲ ਪਹਿਲਾਂ ਟੁੱਟਿਆ, ਉਦੋਂ ਵੀ ਭਰਪਾਈ ਨਹੀਂ ਹੋਈ। ਅਫਸਰਾਂ 'ਚ ਕੋਈ ਸੁਣਾਈ ਨਹੀਂ ਹੁੰਦੀ। ਅੱਜ 5 ਦਿਨ ਹੋ ਗਏ ਨਹਿਰ ਟੁੱਟੇ ਨੂੰ, ਨਹਿਰ ਦਾ ਸਾਰਾ ਪਾਣੀ ਜਿਹੜਾ ਹੈ ਉਹ ਰਾਏਪੁਰੇ ਪਿੰਡ ਵਿੱਚ ਹੀ ਇੰਟਰ ਕਰਦਾ। ਉਧਰ ਪ੍ਰਸ਼ਾਸਨ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਅਜੇ ਵੀ ਪਿੰਡ ਰਾਏਪੁਰਾ ਵਾਸੀਆਂ ਨੂੰ ਰਾਹਤ ਮਿਲਣ ਵਾਲੀ ਨਹੀਂ। ਪਾਣੀ ਸੁੱਕਣ ਤੋਂ ਬਾਅਦ ਪਤਾ ਲੱਗੂਗਾ, ਪੂਰਾ ਸਾਹਿਬ ਵੀ ਹੋਣਗੇ, ਅਸੀਂ ਆਪ ਵੀ ਨਿਗਰਾਨੀ ਕਰਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਪੂਰੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਿਹਦਾ ਨੁਕਸਾਨ ਹੋਇਆ ਉਹਦੀ ਭਰਪਾਈ ਹੋ ਸਕੇ। 5 ਦਿਨ ਬੀਤ ਜਾਣ ਦੇ ਬਾਵਜੂਦ ਬੰਨ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ। ਆਲਮ ਇਹ ਹੈ ਕਿ ਕਪਾਹ, ਝੋਨਾ ਅਤੇ ਕਈ ਹੋਰ ਫਸਲਾਂ 5 ਫੁੱਟ ਗਹਿਰੇ ਪਾਣੀ 'ਚ ਡੁੱਬ ਕੇ ਬਰਬਾਦ ਹੋ ਗਈਆਂ ਨੇ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜਸ ਪੰਜਾਬੀ। ਤੇ ਹੁਣ ਇੱਕ ਖੋਜ ਖਬਰ। ਇਹ ਖੋਜ ਕਰਨ ਵਾਲੇ ਨੇ ਅਮੈਰੀਕਨ NRI, ਜਿਨ੍ਹਾਂ ਨੇ ਬਿਜਲੀ ਪੈਦਾ ਕੀਤੀ, ਉਹ ਵੀ ਇੱਕ ਬਲਬ ਦੇ ਸਹਾਰੇ। ਹੁਸ਼ਿਆਰਪੁਰ ਜ਼ਿਲ੍ਹੇ 'ਚ ਆਪਣੇ ਜੱਦੀ ਪਿੰਡ ਬਿਰਮਪੁਰ ਪਹੁੰਚੇ ਹਰਦਿਆਲ ਸਿੰਘ ਨੇ ਦੱਸਿਆ ਕਿ ਇਸ ਦੀ ਡਿਮਾਂਡ ਦੁਨੀਆ ਦੇ 124 ਮੁਲਕ ਕਰ ਚੁੱਕੇ ਨੇ, ਪਰ ਉਹਨਾਂ ਨੂੰ ਮਲਾਲ ਹੈ ਕਿ ਇਸ ਤਕਨੀਕ ਲਈ ਭਾਰਤ ਸਰਕਾਰ ਨੇ ਇੱਕ ਵਾਰ ਵੀ ਉਹਨਾਂ ਨਾਲ ਸੰਪਰਕ ਨਹੀਂ ਕੀਤਾ। ਕੀ ਹੈ ਇਹ ਤਕਨੀਕ? ਵੇਖੋ ਖਾਸ ਰਿਪੋਰਟ। ਪੰਜਾਬੀ ਚਾਹੇ ਪੰਜਾਬ 'ਚ ਵਸਣ, ਚਾਹੇ ਵਿਦੇਸ਼ਾਂ 'ਚ, ਪਰ ਆਪਣੇ ਅਨੋਖੇ ਕਾਰਨਾਮਿਆਂ ਕਾਰਨ ਵੱਖਰੀ ਛਾਪ ਛੱਡ ਹੀ ਜਾਂਦੇ ਨੇ। ਅਜਿਹੀ ਹੀ ਇੱਕ ਮਿਸਾਲ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ 'ਚ ਦੇਖਣ ਨੂੰ ਮਿਲੀ ਹੈ, ਜਿੱਥੇ ਹਰਦਿਆਲ ਸਿੰਘ ਨਾਂ ਦੇ ਬਜ਼ੁਰਗ ਨੇ ਬਲਦਾਂ ਨਾਲ ਬਿਜਲੀ ਪੈਦਾ ਕਰਨ ਵਾਲਾ ਯੰਤਰ ਤਿਆਰ ਕੀਤਾ ਹੈ। ਤਸਵੀਰਾਂ 'ਚ ਦਿਖਾਈ ਦੇ ਰਿਹਾ ਇਹ ਉਹੀ ਯੰਤਰ ਹੈ ਜਿਸ ਨੂੰ ਤੁਸੀਂ ਵੀ ਆਪਣੇ ਘਰ 'ਚ ਲਗਾ ਕੇ ਆਸਾਨੀ ਨਾਲ ਬਿਜਲੀ ਪੈਦਾ ਕਰ ਸਕਦੇ ਹੋ। ਹਰਦਿਆਲ ਸਿੰਘ ਨੇ ਅਮਰੀਕਾ ਦੀ ਧਰਤੀ 'ਤੇ ਰਹਿ ਕੇ ਕਰੀਬ 10 ਸਾਲਾਂ 'ਚ ਇਸ ਯੰਤਰ ਨੂੰ ਤਿਆਰ ਕੀਤਾ ਹੈ। ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਕੋਈ ਥਰਮਲ ਪਲਾਂਟ ਵਾਲਿਆਂ ਨੇ ਘਰ ਘਰ ਜਾਣ ਦੀ ਲੋੜ ਨਹੀਂ। ਕਿਤੇ ਵੀ ਤੁਸੀਂ ਆਪਣੇ ਲਈ ਆਪਣੇ ਘਰ ਦੀ ਬਿਜਲੀ ਪੈਦਾ ਕਰ ਸਕਦੇ ਹਾਂ। ਬੈਟਰੀਆਂ ਰੀਚਾਰਜ ਹੋ ਜਾਂਦੀਆਂ। ਇਹ 2 ਤਰ੍ਹਾਂ ਦੇ ਇਹਦੇ 'ਤੇ ਜਨਰੇਟਰ ਫਿੱਟ ਹੋ ਸਕਦੇ ਆ। ਇੱਕ ਤਾਂ ਸਿੱਧੇ ਜਨਰੇਟਰ ਉਹ ਆ ਜਿਹੜੇ ਹਵਾ ਦੇ ਨਾਲ ਚੱਲਦੇ ਆ, ਉਹ ਜਨਰੇਟਰ ਨੂੰ ਫਿੱਟ ਕਰ ਦਿਓ ਅਤੇ ਤੁਹਾਡੀ ਸਿੱਧੀ ਘਰ ਨੂੰ ਬਿਜਲੀ ਆ ਜੂਗੀ। ਜੇ ਤੁਸੀਂ ਬਿਜਲੀ ਸੇਵ ਕਰਨੀ ਆ, ਕਿਉਂ 2 ਤਰ੍ਹਾਂ ਦੀ ਬਿਜਲੀ ਆ, ਇੱਕ AC ਆ ਅਤੇ ਇੱਕ DC ਆ। ਜਿਹੜੀ DC ਆ ਤੁਸੀਂ ਸੇਵ ਕਰ ਸਕਦੇ ਬੈਟਰੀਆਂ ਦੇ ਨਾਲ, ਅਤੇ ਆਪਣੇ ਘਰ ਨੂੰ ਤੁਸੀਂ ਜਦੋਂ ਮਰਜ਼ੀ ਵਰਤ ਸਕਦੇ ਆ। ਰੋਟੀ ਪਕਾ ਕੇ ਜਾਂ ਕਿੱਦਾਂ ਤੁਸੀਂ 2-4 ਜਣੇ ਰਲ ਕੇ ਵੀ ਇਹਨੂੰ ਘੁਮਾ ਕੇ ਅਤੇ ਆਪਣੇ ਘਰ ਲਈ ਬੈਟਰੀਆਂ ਚਾਰਜ ਕਰ ਸਕਦੇ, ਰੀਚਾਰਜ। ਇਸ ਯੰਤਰ ਨੂੰ ਤਿਆਰ ਕਰਨ ਦਾ ਹਰਦਿਆਲ ਸਿੰਘ ਦਾ ਮੁੱਖ ਮਕਸਦ ਪ੍ਰਦੂਸ਼ਣ ਨੂੰ ਘਟਾਉਣਾ ਹੈ। ਹਰਦਿਆਲ ਸਿੰਘ ਦਾ ਕਹਿਣਾ ਹੈ ਕਿ 119 ਦੇਸ਼ਾਂ ਵੱਲੋਂ ਇਸ ਯੰਤਰ ਦੀ ਮੰਗ ਕੀਤੀ ਗਈ ਹੈ, ਪਰ ਭਾਰਤ ਸਰਕਾਰ ਵੱਲੋਂ ਇਸ ਯੰਤਰ ਲਈ ਇੱਕ ਵੀ ਚਿੱਠੀ ਨਹੀਂ ਪਾਈ ਗਈ। ਪਰ ਹਰਦਿਆਲ ਸਿੰਘ ਦੀ ਤਮੰਨਾ ਹੈ ਕਿ ਉਹਨਾਂ ਦਾ ਇਹ ਯੰਤਰ ਦੁਨੀਆ ਭਰ ਵਿੱਚ ਜਨਤਕ ਹੋਵੇ। ਹੁਸ਼ਿਆਰਪੁਰ ਤੋਂ ਸੁਨੀਲ ਲਾਖਾ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜਸ ਪੰਜਾਬੀ।
ਅਲਟਰਾ ਮੈਰਾਥਨ ਮੈਨ ਸਮੀਰ ਸਿੰਘ ਦੀ ਅਗਵਾਈ 'ਚ 1 ਦਸੰਬਰ 2017 ਨੂੰ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਵੱਲੋਂ ਸ਼ੁਰੂ ਹੋਈ ਅਲਟਰਾ ਮੈਰਾਥਨ ਦੌੜ ਦੇਸ਼ ਭਰ 'ਚ 14,000 ਕਿਲੋਮੀਟਰ ਦਾ ਸਫ਼ਰ 7 ਮਹੀਨੇ 6 ਦਿਨ ਤੈਅ ਕਰਕੇ ਅੱਜ ਫਿਰ ਵਾਪਸ ਅਟਾਰੀ ਬਾਰਡਰ ਉੱਤੇ ਪਹੁੰਚੀ ਜਿੱਥੇ BSF ਦੇ ਅਹੁਦੇਦਾਰਾਂ ਅਤੇ ਸ਼ਾਮ ਦੀ ਪਰੇਡ ਦੇਖਣ ਪੁੱਜੇ ਲੋਕਾਂ ਨੇ ਮੈਰਾਥਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੁਰੱਖਿਆ ਜਵਾਨਾਂ ਦੇ ਲਈ ਭਾਰਤੀ ਦੌੜਾਕ ਸਮੀਰ ਸਿੰਘ ਨੇ 15,000 ਕਿਲੋਮੀਟਰ ਦੀ ਲੰਮੀ ਦੌੜ ਪੂਰੀ ਕੀਤੀ ਹੈ। ਇਸ ਦੌਰਾਨ ਉਹ ਭਾਰਤ ਪਾਕਿਸਤਾਨ ਦੀਆਂ ਸਾਰੀਆਂ ਸਰਹੱਦਾਂ ਤੇ ਪਹੁੰਚੇ। ਦੌੜਾਕ ਸਮੀਰ ਸਿੰਘ ਨੇ 1 ਦਸੰਬਰ 2017 ਨੂੰ ਇਹ ਮੈਰਾਥਨ ਭਾਰਤ ਪਾਕਿਸਤਾਨ ਅਟਾਰੀ ਸਰਹੱਦ ਤੋਂ ਸ਼ੁਰੂ ਕੀਤੀ ਸੀ ਅਤੇ ਇੱਥੇ ਹੀ ਖਤਮ ਕੀਤੀ ਹੈ। ਵਾਪਸ ਪੁੱਜਣ ਤੇ BSF ਦੇ ਜਵਾਨਾਂ ਨੇ ਜਿੱਥੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਉੱਥੇ ਹੀ ਸਮੀਰ ਦੇ ਜਜ਼ਬੇ ਨੂੰ ਵੀ ਸਲਾਮ ਕੀਤਾ। ਪੂਰੇ ਭਾਰਤ ਕੇ ਸਭੀ ਪ੍ਰਾਂਤੋਂ ਕੋ ਇਹਨਾਂ ਨੇ ਟੱਚ ਕੀਆ। ਯਹਾਂ ਸੇ ਦੌੜਤੇ ਹੋਏ ਪਹਿਲੇ ਸਾਊਥ ਕੀ ਤਰਫ ਗਏ ਔਰ ਫਿਰ ਕੰਨਿਆਕੁਮਾਰੀ ਕੇ ਬਾਅਦ ਫਿਰ ਵਾਪਸ ਈਸਟ ਕੀ ਤਰਫ ਨੌਰਥ ਈਸਟ ਹੋਤੇ ਹੋਏ ਲੱਦਾਖ ਕਸ਼ਮੀਰ ਹੋਤੇ ਹੋਏ ਫਿਰ ਅੱਜ ਯਹਾਂ ਪਰ ਪਹੁੰਚੇ ਹੈ ਔਰ ਇਸਕਾ ਮੁੱਖ ਮਕਸਦ ਜੋ ਭਾਰਤ ਸਰਕਾਰ ਕਾ ਇੱਕ ਪ੍ਰੋਗਰਾਮ ਹੈ ਭਾਰਤ ਕੇ ਵੀਰ ਜੋ ਕਿ ਮਸ਼ਹੂਰ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਕੇ ਸਹਿਯੋਗ ਸੇ ਔਰ ਉਨਕੀ ਇੱਕ ਥੌਟ ਪੇ ਇਹ ਸ਼ੁਰੂ ਕੀਆ ਹੈ ਭਾਰਤ ਸਰਕਾਰ ਕੇ ਗ੍ਰਹਿ ਮੰਤਰਾਲੇ ਨੇ। ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰ ਚੁੱਕੇ ਸਮੀਰ ਨੇ ਦੱਸਿਆ ਕਿ ਇਹ ਦੌੜ ਉਹਨਾਂ ਦੀ ਸਭ ਤੋਂ ਯਾਦਗਾਰ ਦੌੜ ਸੀ। ਪੰਜਾਬ ਸੇ ਹਮ ਇਹ ਸੰਦੇਸ਼ ਲੈ ਕੇ ਨਿਕਲੇ ਥੇ ਕਿ ਕਿਸ ਤਰ੍ਹਾਂ ਹਮਾਰੇ ਦੇਸ਼ ਕੇ ਜਵਾਨ ਦੇਸ਼ ਕੀ ਸੀਮਾਓਂ ਪਰ ਦੇਸ਼ ਕੇ ਦੁਸ਼ਮਨੋਂ ਕੇ ਸਾਥ ਉਸ ਬੇਟੀਓਂ ਕੇ ਸਾਥ ਔਰ ਆਤੰਕਵਾਦੀਓਂ ਕੇ ਸਾਥ ਬੜੀ ਬਹਾਦੁਰੀ ਸੇ ਲੜਤੇ ਹੋਏ ਆਪਣੇ ਪ੍ਰਾਣੋਂ ਕਾ ਬਲੀਦਾਨ ਦੇ ਦੇਤੇ ਹੈ। ਭਾਰਤ ਕੇ ਵੀਰ ਇਹ ਵੋ ਵੈਬਸਾਈਟ ਹੈ ਜਿਸ ਕੇ ਥਰੂ ਆਪ ਉਨ ਤਮਾਮ ਸ਼ਹੀਦੋਂ ਕੇ ਪਰਿਵਾਰ ਕੋ ਫਾਈਨੈਂਸ਼ਲੀ ਸਪੋਰਟ ਕਰ ਸਕਤੇ ਹੈ ਜਿਨ੍ਹੋਂਨੇ ਮੇਰੀ ਹਮ ਸਭ ਕੀ ਜਾਨ ਬਚਾਤੇ ਹੋਏ ਖੁਦ ਆਪਣੀ ਜਾਨ ਦੇ ਦੀ। ਰਨ ਫਾਰ ਭਾਰਤ ਦੇ ਵੀਰ ਦੀ ਇਸ ਦੌੜ ਦੇ ਲਈ ਭਾਰਤ ਸਰਕਾਰ ਨੇ ਤਾਂ ਆਪਣਾ ਸਹਿਯੋਗ ਦਿੱਤਾ ਹੀ ਹੈ ਪਰ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਇਸ ਦੌੜ ਦੇ ਲਈ ਅਹਿਮ ਰੋਲ ਨਿਭਾਉਂਦੇ ਹੋਏ ਇਸ ਦੌੜ ਦੇ ਖਰਚੇ ਦਾ ਸੀਮਾ ਆਪਣੇ ਮੋਢਿਆਂ ਤੇ ਚੁੱਕਿਆ ਸੀ। ਰਨ ਫਾਰ ਭਾਰਤ ਦੇ ਤਹਿਤ ਜੇਕਰ ਦੇਸ਼ ਵਾਸੀ ਵੀ ਅੱਗੇ ਆਉਣ ਤਾਂ ਉਹਨਾਂ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਸਕੂਨ ਦਿੱਤਾ ਜਾ ਸਕਦਾ ਹੈ ਜੋ ਆਪਣੇ ਸ਼ਹੀਦ ਦੇ ਚਲੇ ਜਾਣ ਤੋਂ ਬਾਅਦ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਦੇ ਨੇ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੇ ਨਾਲ ਨਿਊਜ਼ ਡੈਸਕ ਰਿਪੋਰਟ ਜਸ ਪੰਜਾਬੀ। ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੂੰ ਸ਼੍ਰੋਮਣੀ ਪੰਥ ਰਤਨ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਉਹਨਾਂ ਨੂੰ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇਣ ਦੇ ਨਾਲ ਨਾਲ ਧਾਰਮਿਕ ਵਿੱਦਿਆ ਦੇਣ ਅਤੇ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਦੇਸ਼ਾਂ ਵਿਦੇਸ਼ਾਂ 'ਚ ਕੀਤੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਦਿੱਤਾ ਗਿਆ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਬਾਬਾ ਇਕਬਾਲ ਸਿੰਘ ਨੂੰ ਇਹ ਅਵਾਰਡ ਦੇ ਕੇ ਨਿਵਾਜਿਆ। ਬਾਬਾ ਇਕਬਾਲ ਸਿੰਘ ਕਲਗੀਧਰ ਟਰੱਸਟ ਅਤੇ ਦਾ ਕਲਗੀਧਰ ਸੁਸਾਇਟੀ ਬੜੂ ਸਾਹਿਬ ਦੇ ਬਾਨੀ ਨੇ ਉਹਨਾਂ ਨੂੰ ਖਿਤਾਬ ਮਿਲਣ 'ਤੇ ਸਿੱਖ ਸੰਗਤ ਫਕਰ ਮਹਿਸੂਸ ਕਰ ਰਹੀ ਹੈ। ਇਸ ਦੇ ਨਾਲ ਹੀ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਜਾਣ ਤੋਂ ਪਹਿਲਾਂ ਫਿਰ ਇੱਕ ਨਜ਼ਰ ਹੈਡਲਾਈਨਸ 'ਤੇ। ਮੋਗਾ 'ਚ ਇੱਕ ਹਫ਼ਤੇ 'ਚ ਬਦਲੇ 3 SSP। ਇਲਜ਼ਾਮਾਂ 'ਚ ਘਿਰੇ ਮੋਗਾ ਦੇ ਸਾਬਕਾ SSP ਰਾਜਜੀਤ ਸਿੰਘ ਨੇ ਤੋੜੀ ਚੁੱਪੀ। ਵੀਡੀਓ ਜਾਰੀ ਕਰ ਕਿਹਾ, ਮੇਰੇ ਖਿਲਾਫ਼ ਹੋ ਰਿਹਾ ਪ੍ਰੋਪੋਗੰਡਾ। ਨਸ਼ਾ ਵਿਰੋਧੀ ਮੁਹਿੰਮ 'ਚ ਢਿੱਲ ਵਰਤਣ ਕਾਰਨ ਸੰਗਰੂਰ ਜ਼ਿਲ੍ਹੇ ਦੇ 2 ਥਾਣੇਦਾਰ ਸਣੇ 6 ਪੁਲਿਸ ਮੁਲਾਜ਼ਮ ਮੁਅੱਤਲ। ਨਹੀਂ ਥੰਮ ਰਿਹਾ ਨਸ਼ੇ ਦੀ ਓਵਰਡੋਜ਼ ਕਰਕੇ ਮੌਤਾਂ ਦਾ ਸਿਲਸਿਲਾ। ਮੋਗਾ ਅਤੇ ਤਰਨ ਤਾਰਨ 'ਚ 2 ਮੌਤਾਂ। ਮੋਗਾ 'ਚ ਕਬੱਡੀ ਦੇ ਖਿਡਾਰੀ ਨੇ ਨਸ਼ੇ ਦੀ ਓਵਰਡੋਜ਼ ਕਰਕੇ ਤੋੜਿਆ ਦਮ। ਨਸ਼ਿਆਂ ਖਿਲਾਫ਼ ਮੁਜ਼ਾਹਰੇ ਜਾਰੀ। ਦਵਾਈਆਂ ਦੀ ਖਰੀਦੋ ਫਰੋਖਤ 'ਚ ਪਾਰਦਰਸ਼ਤਾ ਲਿਆਉਣ ਲਈ ਸਰਕਾਰ ਨੇ ਵੈੱਬ ਐਪ ਕੀਤੀ ਲਾਂਚ। ਕਦੋਂ ਮਿਲੇਗੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ? ਬਰਗਾੜੀ 'ਚ ਮੋਰਚਾ ਲਾਈ ਬੈਠੇ ਸਿੱਖ ਆਗੂਆਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅੱਗੇ ਰੱਖੇ ਸਵਾਲ। ਬਾਜਵਾ ਦੀ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨਾਲ 1 ਘੰਟਾ ਮੁਲਾਕਾਤ, ਦਿੱਤਾ ਭਰੋਸਾ, ਮੁੱਖ ਮੰਤਰੀ ਕੋਲ ਰੱਖਾਂਗੇ ਮੰਗਾਂ। ਅਬੋਹਰ ਦੇ ਪਿੰਡ ਰਾਏਪੁਰਾ 'ਚ ਟੁੱਟਿਆ ਨਹਿਰ ਦਾ ਬੰਨ੍ਹ, ਸੈਂਕੜੇ ਏਕੜ ਫਸਲ ਹੋਈ ਬਰਬਾਦ, ਨੇੜਲੇ ਪਿੰਡਾਂ 'ਚ ਵੜਿਆ ਪਾਣੀ, ਲੋਕ ਹੋਏ ਬੇਘਰ, ਪੀੜਤ ਲਾ ਰਹੇ ਨੇ ਮਦਦ ਦੀ ਗੁਹਾਰ, ਪ੍ਰਸ਼ਾਸਨ ਨਹੀਂ ਲੈ ਰਿਹਾ ਸੁੱਧ। ਅਤੇ ਹੁਣ ਜਸ ਬ੍ਰੌਡਕਾਸਟਿੰਗ ਦੇ ਦਰਸ਼ਕਾਂ ਲਈ ਇੱਕ ਸੂਚਨਾ। ਤੁਹਾਡੇ ਹੋਰ ਜ਼ਿਆਦਾ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਮੌਜੂਦ ਹਾਂ ਜਿੱਥੇ ਤੁਸੀਂ ਆਪਣੇ ਮਨਪਸੰਦ ਪ੍ਰੋਗਰਾਮ ਔਨਲਾਈਨ ਵੀ ਵੇਖ ਸਕਦੇ ਹੋ ਅਤੇ ਨਾਲ ਹੀ ਆਪਣਾ ਪ੍ਰਤੀਕਰਮ ਵੀ ਸਾਨੂੰ ਦੱਸ ਸਕਦੇ ਹੋ ਤਾਂ ਜੋ ਅਸੀਂ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰੀਏ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਸ ਬ੍ਰੌਡਕਾਸਟਿੰਗ ਨਾਲ ਜੁੜਨ ਲਈ ਤੁਸੀਂ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਦਾ ਵੀ ਇਸਤੇਮਾਲ ਕਰ ਸਕਦੇ ਹੋ ਅਤੇ ਆਪਣੇ ਵਿਚਾਰ ਸਿੱਧੇ ਸਾਨੂੰ ਲਿਖਣ ਲਈ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡਾ ਪਤਾ ਹੈ info@jasbroadcasting.com।
ਅਤੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਧੰਨਵਾਦ।